ਉਧਰ ਕਸ਼ਮੀਰ ਮੁੱਦੇ ਨੂੰ ਲੈ ਕੇ ਇਸ ਵੇਲੇ ਪੂਰਾ ਪਾਕਿਸਤਾਨ ਘਬਰਾਇਆ ਹੋਇਆ। ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਨੂੰ ਪਰਮਾਣੂ ਅਟੈਕ ਦੀ ਧਮਕੀ ਦੇ ਰਹੇ ਹਨ, ਉੱਥੇ ਪਾਕਿਸਤਾਨ ਦੇ ਵਿਰੋਧੀ ਪਾਰਟੀ ਦੇ ਲੀਡਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਵਾਲੀ ਪੂਰੀ ਤਰ੍ਹਾਂ ਅਸਫਲ ਰਹਿਣ ਵਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਭੁੱਟੋ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਦੀ ਨੀਤੀ ਇਹ ਹੁੰਦੀ ਸੀ ਕਿ ਸ਼੍ਰੀਨਗਰ ਨੂੰ ਭਾਰਤ ਤੋਂ ਕਿਵੇਂ ਲਿਜਾਇਆ ਜਾਵੇ, ਪਰ ਹੁਣ ਚਿੰਤਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ਫਰਾਬਾਦ ਨੂੰ ਕਿਵੇਂ ਬਚਾ ਜਾਵੇ। ਭੁੱਟੋ ਨੇ ਇਮਰਾਨ ਖਾਨ ਤੇ ਦੋਸ਼ ਲਗਾਉਂਦੇ ਕਿਹਾ ਕਿ ਅੱਜ ਇਮਰਾਨ ਖਾਨ ਦੀ ਬੇਵਕੂਫੀ ਕਾਰਨ ਪਾਕਿਸਤਾਨ ਨੇ ਕਸ਼ਮੀਰ ਗਵਾ ਦਿੱਤਾ। ਇੱਥੇ ਤੱਕ ਕਿ ਭੁੱਟੋ ਨੇ ਖਾਨ ਨੂੰ ਭਿੱਜੀ ਬਿੱਲੀ ਕਹਿੰਦੇ ਹੋਏ ਕਿਹਾ ਕਿ ਜਦੋਂ ਮਾਮਲਾ ਵਿਰੋਧੀ ਧਿਰ ਦਾ ਹੁੰਦਾ ਤਾਂ ਖਾਨ ਆਪਣੇ ਆਪ ਨੂੰ ਸ਼ੇਰ ਵਜੋਂ ਪੇਸ਼ ਕਰਦੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਹ ਇੱਕ ਭਿੱਜੀ ਬਿੱਲੀ ਬਣ ਜਾਂਦੇ ਹਨ। ਮੈਂ ਸਮਝਦਾ ਇਹ ਸਭ ਹਰ ਪਾਕਿਸਤਾਨੀ ਕੇ ਸਾਹਮਣੇ ਹੈ ਕਿ ਜਿਤਨਾ ਨਾਕਾਮ ਇਹ ਹਕੂਮਤ ਹੁਆ ਹੈ ਕਿਸੇ ਔਰ ਹਕੂਮਤ ਨਹੀਂ ਰਹਾ, ਜਿਤਨਾ ਨਾਕਾਮ ਇਹ ਹਕੂਮਤ ਰਹਾ ਹੈ ਜਦ ਤੱਕ ਕਸ਼ਮੀਰ ਕੀ ਬਾਤ ਅੱਛਾ ਰਹੇ ਹਮ ਬਰਦਾਸ਼ਤ ਕਰਤੇ ਹੈਂ। ਕਹਿ ਦੇਤੇ ਹੈ ਨਾ ਕਿ ਹਮ ਬਰਦਾਸ਼ਤ ਕਰਤੇ ਹੈਂ, ਜਮਹੂਰੀਅਤ ਕੇ ਸਾਥ ਜੋ ਕਰੇ ਆਪ ਮਈਸ਼ਤ ਕੋ ਫੇਰਾ ਗਰਕ ਕਰ ਦਿਆ, ਵੋ ਹਮ ਬਰਦਾਸ਼ਤ ਕਰ ਰਹੇ ਹੈਂ, ਇੱਕ ਸਾਲ ਹੋ ਗਿਆ, ਕਸ਼ਮੀਰ ਪੇ ਕੋਈ ਇੱਕ ਆਂਚ ਨਹੀਂ ਆਨੇ ਦੇਗਾ। ਔਰ ਜਿਸ ਤਰੀਕੇ ਸੇ ਇਸ ਹਕੂਮਤ ਨੇ ਸੋਤੇ ਹੋਏ ਬਿਜ਼ੀ ਥੇ ਆਪ ਹਮਾਰਾ ਮਈਸ਼ਤ ਤਬਾਹ ਕਰਨੇ, ਆਪਣੇ ਸਿਆਸੀ ਮੁਖਾਲਫੀਨ ਕੋ ਦੀਵਾਰ ਸੇ ਲਗਾਤੇ ਹੋਏ, ਕਿ ਇਹ ਨਜ਼ਰ ਨਹੀਂ ਆਇਆ ਕਿ ਮੋਦੀ ਨੇ ਕਿਆ ਮਕਬੂਜ਼ਾ ਕਸ਼ਮੀਰ ਛੀਨ ਲਿਆ ਹੈ। ਪਹਿਲੇ ਹਮਾਰਾ ਕਸ਼ਮੀਰ ਪੇ ਪਾਲਿਸੀ ਕਿਆ ਹੋਤਾ ਥਾ, ਪਹਿਲੇ ਪਾਕਿਸਤਾਨ ਕਾ ਪਾਲਿਸੀ ਹੋਤਾ ਥਾ ਕਿ ਅਬ ਸ਼੍ਰੀਨਗਰ ਕੈਸੇ ਲਹੇਂਗੇ। ਅਬ ਖਾਨ ਕੀ ਬਾਤ, ਇਮਰਾਨ ਕੇ ਨਾਕਾਮੀ ਕੇ ਬਾਅਦ, ਇਹ ਸਿਲੈਕਟਡ ਕੀ ਵਜ੍ਹਾ ਸੇ, ਇਨਕੀ ਨਾਕਾਮੀ ਕੀ ਵਜ੍ਹਾ ਸੇ, ਇਨਕੀ ਗ੍ਰੀਡ ਕੀ ਵਜ੍ਹਾ ਸੇ ਪਾਕਿਸਤਾਨ ਕਾ ਕਿਆ ਪੋਜੀਸ਼ਨ ਹੈ ਕਿ ਹਮ ਮੁਜ਼ਫਰਾਬਾਦ ਕੋ ਕੈਸੇ ਬਚਾਏਂਗੇ। ਯੇ ਆਜ ਪਾਕਿਸਤਾਨ ਕੀ ਫੋਰਨ ਪਾਲਿਸੀ ਕੀ ਪੋਜੀਸ਼ਨ ਹੈ, ਜੋ ਹਮਾਰਾ ਮੁਆਸ਼ੀ ਪਾਲਿਸੀ ਕਾ ਪੋਜੀਸ਼ਨ ਹੈ ਵੋ ਆਪਕੇ ਸਾਹਮਣੇ ਹੈ। ਯੇ ਹੋਤਾ ਹੈ ਨਤੀਜਾ ਜਬ ਹਮਾਰਾ ਸਿਲੈਕਟਡ ਸਿਲੈਕਟਡ ਕੋ ਆਕੇ ਬਿਠਾਤੇ ਹੈ, ਔਰ ਪਾਕਿਸਤਾਨ ਕੇ ਨੈਸ਼ਨਲ ਇੰਟਰੈਸਟ ਕੋ, ਪਾਕਿਸਤਾਨ ਕੀ ਇਕੋਨਮੀ ਕੋ, ਪਾਕਿਸਤਾਨ ਕੀ ਸਿਆਸਤ ਕੋ ਆਪਣੇ ਇੰਟਰੈਸਟ ਕੇ ਲੀਏ, ਜੋ ਆਪਣੇ ਇੰਸਟੀਟਿਊਸ਼ਨਲ ਇੰਟਰੈਸਟ ਨਹੀਂ ਹੋਤੇ, ਆਪਣੇ ਇੰਟਰੈਸਟ ਕੇ ਲੀਏ ਕੰਪਰੋਮਾਈਜ਼ ਕਰਤੇ ਹੈ, ਫਿਰ ਯੇ ਸਿਲੈਕਟਡ ਕੋ ਲੈ ਕੇ ਆਤੇ ਹੈ, ਔਰ ਯੇ ਸਿਲੈਕਟਡ ਜੋ ਹੈ ਵੋ ਸਿਰਫ ਆਪਣੇ ਸਿਲੈਕਟਰਸ ਕੋ ਖੁਸ਼ ਰੱਖਤੇ ਹੈ, ਆਪਕੋ ਪਾਕਿਸਤਾਨ ਕੇ ਆਵਾਮ ਕੋ ਤੋ ਖੁਸ਼ ਨਹੀਂ ਰੱਖਤੇ, ਹਰ ਵਕਤ ਉਨ੍ਹੀਂ ਸਿਲੈਕਟਰਸ ਕੋ ਖੁਸ਼ ਰੱਖਨੇ ਮੇਂ ਬਿਜ਼ੀ ਹੋਤੇ ਹੈ, ਸਾਥ ਸਾਥ ਆਵਾਮ ਮਹਿੰਗਾਈ ਕੀ ਸੁਨਾਮੀ ਮੇਂ ਡੂਬ ਰਹੇ ਹੈ, ਕਸ਼ਮੀਰ ਹਮਾਰੇ ਹਾਥੋਂ ਸੇ ਚਲਾ ਗਿਆ ਹੈ, ਤੋ ਹਮ ਇਸ ਬਲੇਮ ਕੋ ਸਿਰਫ ਸਿਲੈਕਟਡ ਪਰ ਲਗਾਏ ਜਾਂ ਸਿਲੈਕਟਰਸ ਪੇ ਵੀ ਲਗਾਏ। ਮੈਂ ਸਮਝਦਾ ਹਾਂ ਕਿ ਪਾਕਿਸਤਾਨ ਕੇ ਆਵਾਮ ਯੇ ਦੇਖ ਰਹੇ ਹੈ, ਯੇ ਦੇਖ ਰਹੇ ਹੈ ਕਿ ਅਗਰ ਹਮਾਰਾ ਮਈਸ਼ਤ ਕਾ ਮਸਲਾ ਹੈ, ਹਮਾਰਾ ਫੋਰਨ ਪਾਲਿਸੀ ਕਾ ਮਸਲਾ ਹੈ, ਹਮਾਰਾ ਗਵਰਨੈਂਸ ਕਾ ਮਸਲਾ ਹੈ, ਹਰ ਜਗ੍ਹਾ ਯੇ ਕਟਪੁਤਲੀ ਨਾਕਾਮ ਹੁਆ ਹੈ। ਯੇ ਕਿਆ ਚੀਜ਼ ਥਾ, ਇਸਮੇ ਐਸੇ ਕਿਆ ਥਾ ਕਿ ਪੂਰਾ ਮੁਲਕ ਤਬਾਹ ਕੇ ਆਪਨੇ ਇਸਕੋ ਤੋ ਬਿਠਾ ਦਿਆ, ਅਗਰ ਬਿਠਾ ਦਿਆ ਤੋ ਇਸੇ ਕਾਮ ਤੋ ਚਲਾਏ, ਅਗਰ ਆਪ ਇਸੇ ਕਾਮ ਨਹੀਂ ਚਲਾਏਂਗੇ ਤੋ ਹਮ ਨਾ ਸਿਰਫ ਇਸ ਹਿਸਾਬ ਲੇਂਗੇ, ਹਮ ਆਪਸੇ ਵੀ